ਖੂਨ ਵਾਲੀ ਸਰਕਾਰ ਮੁਰਦਾਬਾਦ 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 ਧੋਖੇਬਾਜ਼ ਸਰਕਾਰ ਹਾਏ 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 ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਆਏ ਦਿਨ ਹੀ ਨਵੇਂ ਝਟਕੇ ਦੇ ਦਿੱਤੇ ਜਾਂਦੇ ਨੇ। ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਸੀ ਅਤੇ ਹੁਣ ਐਮਰਜੈਂਸੀ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ ਦੇ ਦੌਰਾਨ ਫੀਸ ਨੂੰ ਵੀ ਲਾਗੂ ਕਰ ਦਿੱਤਾ ਗਿਆ ਹੈ। ਜ਼ਿਕਰ ਖਾਸ ਹੈ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਇਲਾਜ ਤੇ ਫੀਸ ਲਾਗੂ ਹੋ ਗਈ ਹੈ, ਜਿਸਦਾ ਕਿ ਸੰਗਰੂਰ ਦੇ ਵਿੱਚ ਬੀਜੇਪੀ ਵਰਕਰਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦੇ ਵਿੱਚ ਸੰਗਰੂਰ ਦੇ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਇਸ ਫੀਸ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਵਰਕਰਾਂ ਦੇ ਵੱਲੋਂ ਇਸ ਫੀਸ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਹਰ ਵਰਗ ਦਾ ਵਿਅਕਤੀ ਇਲਾਜ ਕਰਵਾਉਣ ਦੇ ਲਈ ਆਉਂਦਾ ਹੈ ਜੋ ਕਿ ਗਰੀਬ ਹੈ। ਬੀਜੇਪੀ ਵਰਕਰਾਂ ਦਾ ਕਹਿਣਾ ਸੀ ਕਿ ਸਰਕਾਰ ਦਾ ਇਹ ਫਰਮਾਨ ਲੋਕਾਂ ਦੇ ਵਿਰੁੱਧ ਹੈ, ਜਿਸ ਨੂੰ ਕਿ ਜਲਦ ਤੋਂ ਜਲਦ ਸਰਕਾਰ ਨੂੰ ਹਟਾ ਦੇਣਾ ਚਾਹੀਦਾ ਹੈ। ਜ਼ਿਕਰੇ ਖਾਸ ਹੈ ਕਿ ਪਹਿਲਾਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਵਾਰਡ ਦੇ ਵਿੱਚ ਇਲਾਜ ਮੁਫ਼ਤ ਕੀਤਾ ਜਾਂਦਾ ਸੀ, ਪਰ ਹੁਣ ਸਰਕਾਰ ਦੇ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਇੱਕ ਲੈਟਰ ਭੇਜ ਦਿੱਤੀ ਗਈ ਹੈ, ਜਿਸ ਦੇ ਤਹਿਤ ਹੁਣ ਨਵੇਂ ਆਦੇਸ਼ ਲਾਗੂ ਹੋਣਗੇ। ਅਸੀਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ, ਜੋ ਪਿੱਛੇ ਵੀ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੇ ਧੋਖੇ ਕਰ ਚੁੱਕੀ ਹੈ, ਵੱਡੇ ਵੱਡੇ ਵਾਅਦੇ ਕਰਕੇ ਮੁੱਕਰ ਚੁੱਕੀ ਹੈ, ਅਤੇ ਕੱਲ੍ਹ ਇੱਕ ਨਾਦਰਸ਼ਾਹੀ ਫਰਮਾਨ ਹੋਰ ਜਾਰੀ ਕੀਤਾ ਗਿਆ ਜਿਹਦੇ ਵਿੱਚ ਲੋਕਾਂ ਦੇ ਜੋ ਬਣਦੇ ਬੁਨਿਆਦੀ ਹੱਕ ਨੇ ਉਹ ਖੋਣ ਦੀ ਗੱਲ ਸਾਹਮਣੇ ਆਈ ਹੈ। ਜਿਹਦੇ ਵਿੱਚ ਇਹ ਕਿਹਾ ਗਿਆ ਕਿ ਅਗਰ ਕੋਈ ਸਰਕਾਰੀ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਦੇ ਵਿੱਚ ਦਾਖਲ ਹੋਣ ਵਾਸਤੇ ਜਾਂਦਾ ਹੈ, ਜਿਸ ਦੇ ਕੋਲੋਂ ਪਹਿਲਾਂ ਕੋਈ ਫੀਸ ਨਹੀਂ ਵਸੂਲੀ ਜਾਂਦੀ ਸੀ, ਉਸ ਤੋਂ ਮੋਟੀ ਫੀਸ ਵਸੂਲੀ ਜਾਇਆ ਕਰੇਗੀ, ਚਾਹੇ ਉਹ ਫਾਈਲ ਚਾਰਜਿਸ ਦੇ ਨਾਮ 'ਤੇ ਹੈ, ਚਾਹੇ ਪਰਚੀ ਫੀਸ ਹੈ, ਜਾਂ ਉਹਦੇ ਬੈੱਡ ਦੀ ਫੀਸ ਹੈ, ਜਾਂ ਉਹਦੇ 'ਤੇ ਕੋਈ ਐਕਸਰੇ ਵਗੈਰਾ ਹੁੰਦਾ, ਸਟਿਚਿਸ ਵਗੈਰਾ ਲੱਗਦੇ ਹੈ, ਉਹ ਹਰੇਕ ਚੀਜ਼ ਦੀ ਉਹਦੇ ਤੋਂ ਫੀਸ ਵਸੂਲੀ ਜਾਇਆ ਕਰੇਗੀ। ਇੱਕ ਬਹੁਤ ਹੀ ਗਲਤ ਤਰੀਕੇ ਦਾ ਫਰਮਾਨ ਹੈ, ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡਣ ਵਾਲਾ ਫਰਮਾਨ ਹੈ, ਕਿਉਂਕਿ ਗਰੀਬ ਲੋਕ ਅਗਰ ਉਹਨਾਂ ਨੂੰ ਕੋਈ ਐਮਰਜੈਂਸੀ ਸਹੂਲਤਾਂ ਦੀ ਲੋੜ ਪੈਂਦੀ ਹੈ ਤਾਂ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਜਾ ਕੇ ਇਲਾਜ ਕਰਵਾ ਸਕਦੇ ਸੀ, ਲੇਕਿਨ ਹੁਣ ਉਹਨਾਂ ਨੂੰ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਨੇ। ਕਿ ਆਮ ਲੋਕ ਜੋ ਗਰੀਬ ਲੋਕ ਜਿਨ੍ਹਾਂ ਕੋਲ ਪੈਸੇ ਨਹੀਂ ਹੈਗੇ, ਕਿ ਉਹਨਾਂ ਨੂੰ ਬਣਦੀਆਂ ਜੋ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਸੀ, ਕਿ ਉਹ ਵੀ ਉਹਨਾਂ ਦਾ ਹੱਕ ਨਹੀਂ ਉਹ ਲੈਣ ਦਾ, ਅਸੀਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਇੱਕ ਮੈਮੋਰੈਂਡਮ ਇੱਥੇ ਦਿੱਤਾ ਹੈ ਤਾਂ ਜੋ ਇਹ ਜੋ ਬਣਦਾ ਜੋ ਫੈਸਲਾ ਲਿਆ ਗਿਆ ਉਹਨੂੰ ਵਾਪਸ ਲਿਆ ਜਾਵੇ। ਅਗਰ ਫਿਰ ਵੀ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਤਾਂ ਅਸੀਂ ਸੰਘਰਸ਼ ਦਾ ਰਾਹ ਵਿੱਢਾਂਗੇ ਅਤੇ ਪੰਜਾਬ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਮਜਬੂਰ ਕਰਾਂਗੇ। ਅਸੀਂ ਮੰਗ ਪੱਤਰ ਦੇ ਕੇ ਆਏ ਹਾਂ ਕਿ ਸਿਹਤ ਸੇਵਾਵਾਂ ਮੁੱਢਲੀਆਂ ਸੇਵਾਵਾਂ ਨੇ ਜਿਹੜੀਆਂ ਹਰ ਵਿਅਕਤੀ ਦੇ ਲਈ ਜ਼ਰੂਰੀ ਸੇਵਾਵਾਂ ਨੇ, ਤਾਂ ਪੰਜਾਬ ਸਰਕਾਰ ਨੇ ਸਿਹਤ ਸੇਵਾਵਾਂ ਦੇ ਉੱਤੇ ਮੁੱਢਲੀਆਂ ਸੇਵਾਵਾਂ ਦੇ ਉੱਤੇ ਟੈਕਸ ਲਗਾ ਕੇ ਫੀਸ ਲਗਾ ਕੇ ਲੋਕ ਵਿਰੋਧੀ ਪੰਜਾਬ ਵਿਰੋਧੀ ਕਦਮ ਚੁੱਕਿਆ। ਤਾਂ ਅਸੀਂ ਬੇਨਤੀ ਕਰਨ ਆਏ ਸੀਗੇ ਡੀ ਸਾਹਿਬ ਨੂੰ, ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਪੰਜਾਬ ਸਰਕਾਰ ਨੂੰ ਸਦਬੁੱਧੀ ਦੇਵੇ, ਇਹ ਨਾਦਰਸ਼ਾਹੀ ਫਰਮਾਨ ਨੂੰ ਵਾਪਸ ਲਵੇ, ਲੋਕਾਂ ਨੂੰ ਜਿਹੜੀਆਂ ਮੁੱਢਲੀਆਂ ਸਿਹਤ ਸਹੂਲਤਾਂ ਨੇ ਜਿਹੜੀਆਂ ਕਿ ਲੋਕਾਂ ਨੂੰ ਜ਼ਰੂਰੀ ਨੇ। ਇਹ ਤਾਂ ਪੰਜਾਬ ਦੇ ਵਿੱਚ ਇਹ ਹਾਲ ਹੋ ਜਾਣਾ, ਬੰਦਾ ਮਰਨ ਦੇ ਕਿਨਾਰੇ ਹੋਣਾ, ਬੰਦੇ ਦੀ ਜੇਬ ਵਿੱਚ ਪੈਸੇ ਨਹੀਂ ਹੋਣੇ, ਡਾਕਟਰ ਨੇ ਅਟੈਂਡ ਨਹੀਂ ਕਰਨਾ, ਬੰਦੇ ਨੇ ਬਿਨਾਂ ਦਵਾਈਆਂ ਦੇ ਬਿਨਾਂ ਇਲਾਜ ਦੇ ਮਰ ਜਾਣਾ, ਤਾਂ ਡਾਕਟਰਾਂ ਨੇ ਕਹਿਣਾ, ਮੈਡੀਕਲ ਸਟਾਫ ਨੇ ਕਹਿਣਾ, ਇਹਦੇ ਕੋਲ ਪੈਸੇ ਨਹੀਂ ਸੀਗੇ ਇਸ ਲਈ ਅਸੀਂ ਇਲਾਜ ਨਹੀਂ ਕੀਤਾ। ਤਾਂ ਮੈਂ ਬੇਨਤੀ ਕਰਾਂਗਾ, ਸਾਡੇ ਪ੍ਰਧਾਨ ਮੰਤਰੀ ਜੀ ਨੇ ਆਯੁਸ਼ਮਾਨ ਯੋਜਨਾ ਨਾਲ 5 ਲੱਖ ਰੁਪਏ ਦਾ ਇਲਾਜ ਮੁਫ਼ਤ ਕੀਤਾ ਪੂਰੇ ਦੇਸ਼ ਦੇ ਵਿੱਚ, ਅਤੇ ਇੱਥੇ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਹੈ ਮੁੱਢਲੀਆਂ ਸੇਵਾਵਾਂ ਦੇ ਉੱਤੇ ਸਿਹਤ ਸੇਵਾਵਾਂ ਦੇ ਉੱਤੇ ਟੈਕਸ ਲਗਾ ਰਹੀ ਹੈ, ਤਾਂ ਇਹ ਟੈਕਸ ਵਾਪਸ ਲਿੱਤਾ ਜਾਵੇ, ਫੀਸ ਵਾਪਸ ਲਿੱਤੀ ਜਾਵੇ। ਅਸੀਂ ਇਹ ਮੰਗ ਕਰਦੇ ਹਾਂ, ਜੇਕਰ ਇਹ ਵਾਪਸ ਨਾ ਲਿੱਤੀ ਗਈ ਤਾਂ ਪੂਰਾ ਪੰਜਾਬ ਅੰਦੋਲਿਤ ਹੋ ਕੇ ਇਸ ਟੈਕਸ ਦੇ ਖਿਲਾਫ ਸੜਕਾਂ ਦੇ ਉੱਤੇ ਉੱਤਰ ਆਏਗਾ। ਤਾਂ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਨਾਦਰਸ਼ਾਹੀ ਫਰਮਾਨ, ਇਹ ਟੈਕਸ ਜਿਹੜਾ ਹੈ ਮੁੱਢਲੀਆਂ ਸਿਹਤ ਸੇਵਾਵਾਂ 'ਤੇ ਵਾਪਸ ਲਿੱਤਾ ਜਾਵੇ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ ਟੀਵੀ, NRI।